प्लानिंग जेरी आई 1954 कोलो चली आंदी है कि तुहाडे इलाके दी कि रोज खुई टोटल रोज खुई दा इलाका जेरा है आबादी थी सकदे आबाद थींदा जोड़े नाल आबाद थींदा जोड़े नाल जी तो दुनिया दा सब कोलो चंगा तकसीम पानी दा अमरीका दा सदर दा एक बंदा आया इत्थे मिस्टर स्टेपल ਉਹ ਆਦਾ ਉਹ ਜ਼ਮਾਨੇ ਕਿਉਂਕਿ ਕਮਾਰਾ ਥੀਂਦਾ ਸਹੀ ਤਰੀਕੇ ਨਾਲ ਵੰਡ ਵੀ ਸਹੀ ਤਰੀਕੇ ਨਾਲ ਥੀਂਦਾ ਜੀ ਇਵੇਂ ਨਹੀਂ ਕਿ ਜਿਹੜਾ ਹੁਣ ਸਾਰੇ ਦਾ ਸਾਰਾ ਛੀ ਵਿਘੇ ਦਾ ਮਾਲਕ ਹੋਏ ਉਹੀ ਆਪਣਾ ਛੀ ਵਿਘੇ ਦਾ ਦਰ ਰਕਬੇ ਦਾ ਮਾਲਕ ਹੋਏ ਤਾਂ ਖੈਰ ਫਾਰੂਖਾਨੀ ਨਵਾਬ ਨਾ ਮੀਰ ਬਲਕ ਸ਼ੇਰ ਉਹੀ ਬਹੁਤ ਵੱਡੇ ਇਲਾਕੇ ਦਾ ਜ਼ਿੰਮੇਦਾਰ ਸਰਦਾਰ ਆ ਪਰ ਨਵਾਬ ਨਹੀਂ ਸਦੀਦਾ ਨਵਾਬ ਆ ਨਵਾਬ ਜਮਾਲ ਖਾਨ ਨਵਾਬ ਇਮਾਮ ਬਖਸ਼ ਖਾਨ ਜਾਂ ਬੇਜਰ ਅਸਲ ਪੁਰਾਣੇ ਜ਼ਮਾਨੇ ਨਵਾਬ ਪਿਆਰ ਹੀ ਕਰਦੇ ਹਨ ਕੌਮੀ ਨੂੰ ਇਕੱਠਾ ਰੱਖਿਆ ਨਾ ਅਸਾਂ ਆਪਣੇ ਆਪ ਨੂੰ ਨਵਾਬ ਸਮਝਦੂ ਨਾ ਸਰਦਾਰ ਸਮਝਦੂ ਅੱਜ ਕੱਲ੍ਹ ਜਿਹੜੇ ਨਕਲੀ ਨਵਾਬ ਹਨ ਛੀ ਵਿਘੇ ਕੋਲੋਂ 80 ਮੁਰੱਬੇ 'ਤੇ ਕਬਜ਼ਾ ਕਰਕੇ ਜਿਹੜੇ ਬਣ ਗਏ ਹਨ ਗਲਤੀ ਮੇਰੀ ਜਾਫਰ ਲਗਾਰੀ ਗਲਤੀ ਜਾਫਰ ਲਗਾਰੀ ਦੀ ਕਿ ਉਹਨੇ ਕੋਈ ਚਾਂਸ ਦਿੱਤਾ ਕਿਉਂਕਿ ਕੋਈ ਚਾਹੀ ਵੱਡੀ ਕੌਮ ਤਾਂ ਸਾਡੇ ਨਾਲ ਬਹੁਤ ਪਿਆਰ ਮੁਹੱਬਤ ਦੀ ਗੱਲ ਪਰ ਸਰਦਾਰ ਥਗੀਆ ਖਾਨ DC ਦੇ ਕਲੱਬ ਵਿੱਚ ਬਹਿ ਕੇ ਫੈਸਲੇ ਕਰਦਾ ਜੀ ਉਹ ਇਹ BD ਮੈਂਬਰ ਨਾ ਬਣ ਸਕਦੇ ਹਨ ਠੀਕ ਹੈ ਨਾ ਸਰ ਤਾਂ ਜਾਂ ਆਪਣਾ ਰਿੰਦ ਬਣਦਾ ਸਦਾ ਜਾਂ ਨੁਰਾਮਦ ਰਿੰਦ ਜਾਂ ਬਣਦਾ ਅਬੂ ਬਕਰ ਸਿੰਘ ਹੜਾਂਦਾ ਚੇਅਰਮੈਨ ਇੱਥੇ ਜੀ ਫਿਰ ਹੁਣ ਇਹਨੇ ਕੋਈ ਗਲਤੀ ਕੀਤੀ ਮੈਂ ਮੁਆਜ਼ਤ ਹਾਂ ਜੈਂ ਜੈਂ ਕੋਈ ਤਕਲੀਫ ਦਿੱਤੀ ਜੈਂ ਜੈਂ ਦੇ ਰਕਬੇ ਦੇ ਕਬਜ਼ਾ ਕੀਤੇ 80-80 100-100 ਮੁਰੱਬਾ ਮੁਹਾਜਰ ਸਾਹਿਬਾਂ ਨੇ ਪੰਜਾਬੀ ਕੋ ਆਪਸ ਲੜਾ ਕੇ ਗਰਾਏ ਕੋ ਹਾਜੀਪੁਰ ਬੇ ਪਾਸੋਂ ਕਤਲ ਕਰਾ ਕੇ ਤਾਂ ਪਿੱਛੇ ਇਹ ਵੋਟ ਗਿੰਦਿਆ ਤਾਂ ਜ਼ਮੀਨਾਂ ਵੀ ਮੁਫਤ ਹੈ ਤਾਂ ਬਸ ਅੱਲਾਹ ਤਾਲਾ ਦਿਖਾਉਣਾ ਹਾ ਤਾਂ ਇਹ ਫੇਰੀ ਵੀ ਮੈਂ ਆਖੇ ਕਿਸਮਤ ਨਾਲ ਸਰਦਾਰ ਮੋਹਸਿਨ ਖਾਨ ਸੈਨੇਟ ਦਾ ਅਨਪੋਜ ਚੇਅਰਮੈਨ ਪੰਜਾਬ ਦੇ ਸੈਨੇਟ ਦਾ ਪਾਕਿਸਤਾਨ ਦਾ ਉਹ ਚੇਅਰਮੈਨ ਬਣਿਆ ਕਿਸਮਤ ਨਾਲ 15 ਦਿਹਾੜੇ ਪਹਿਲੇ ਉਹ ਰਿਟਾਇਰ ਥਾ ਤਾਂ ਮੈਂ ਕੋ ਇੱਕ ਬੰਦਾ ਮਿਲ ਗਿਆ ਮੋਹਸਿਨ ਖਾਨ ਪਰ ਸਾਰੀ ਮੈਂ ਮੇਰੇ ਹਿਸਾਬ ਨਾਲ ਸਾਰੀ ਜਿਹੜੀ ਮਿਹਨਤ ਹੈ ਜਿਹੜਾ ਹੈ ਸਾਰੇ ਖਾਨਦਾਨ ਕੋ ਲਗਾਵੀ ਗਰੁੱਪ ਕੋ ਪੂਰੇ ਦ੍ਰਿਸ਼ਾਰੀ ਸਾਰੇ ਚਾਹੁੰਦੇ ਹਨ ਜੀ ਕਿ ਮੀਨਾ ਬੀਬੀ ਕੋ ਵਿੱਚ ਪਾਓ ਤਾਂ ਚੰਗੇ ਸਾਰੇ ਸਰਦਾਰਾਂ ਨੂੰ ਇਕੱਠਾ ਕਰੋ ਝਗੜੇ ਦੀ ਗੱਲ ਹੀ ਕੋਈ ਨਹੀਂ ਇਤਨੇ ਸੀਟਾਂ ਹਨ ਕਿ ਪਰਾਇਆ ਪੁੱਤਰ ਆ ਕੇ ਥਾਂ ਵੰਡ ਦੇਣੇ ਸੀਟਾਂ ਜੀ ਤਾਂ ਤੁਹਾਡਾ ਹੱਕ ਇਤਨਾ ਮੈਂ ਫਖਰ ਕਰੇਗਾ ਹੁਣ ਗੁਜਰ ਸਾਹਿਬਾਨੇ 'ਤੇ ਵੀ ਖਾਸ ਤੌਰ 'ਤੇ ਇਹ ਇਮਾਰਤ ਪੜ੍ਹਾਈ ਦਾ ਹੈ ਡੂ ਸ਼ਹੀਦੀ ਕਮੀ ਪਾਕਿਸਤਾਨ ਵਿੱਚ ਜੀ ਡੂ ਸ਼ਹੀਦੀ ਹੈ ਕਿ ਆਪਣਾ ਬੰਦਾ ਪੜ੍ਹੇ ਲਿਖੇ ਤਰੱਕੀ ਕਰੇ ਦੂਜੀ ਕਮੀ ਹੈ ਜਿਹੜੀ ਹੈ ਉਹ ਹਸਪਤਾਲਾਂ ਦੀ ਜਾਂ ਹੈਲਥ ਦੀ ਤੀਜੀ ਕਮੀ ਹੈ ਜੋ ਉਹ ਹੈ ਸੜਕੀ ਕਿਉਂਕਿ ਅਮਰੀਕਾ ਦਾ ਸਫੀਰ ਆਇਆ ਇੱਥਾਂ ਸਾਨੂੰ ਪਤਾ ਨਹੀਂ ਸਾਡੇ ਯਾਰ ਦੋਸੀ ਖੜਨ ਗਿਓ ਅਸਾਂ ਉਹ ਤਾਂ ਅਮਦਾਨੀ ਸਾਡਾ ਅਸਲ ਚੋ ਆ ਅਮਦਾਨੀ ਹਾਂ ਵਕਤ ਲਈ ਤੋ ਅਮਰੀਕਾ ਦਾ ਸਫੀਰ ਉਹ ਵਕਤ ਲਈ ਪੁੱਛੇ ਕਿ ਕਿੰਨਾ ਵੱਡਾ ਹੈ ਇਸਰਾਈਲ ਕਿਤਨਾ ਵੱਡਾ ਹੈ ਜੋ ਸਾਰੀ ਦੁਨੀਆ ਤਾਂ ਨੱਕ ਦਮ ਕੀਤੀ ਖੜੇ ਮੈਂ ਆਖੇ ਤੇਰਾ ਥਾਣਾ ਕਿਤਨਾ ਵੱਡਾ ਹੈ ਥਾਣਾ ਉਹ ਅੱਜ ਮੇਰਾ ਇਹ ਮੈਂ ਆਖੇ ਤੇਰੇ ਥਾਣੇ ਦਾ ਅੱਧਾ ਇਵੇਂ ਕੱਟੋ ਖੜਨ ਥਾਣੇ ਦਾ ਤਾਂ ਅੱਧਾ ਇਵੇਂ ਕੱਟੋ
ਅੱਧਾ ਦੂਜੇ ਪਾਸੋਂ ਇਹ ਹੈ ਇਸਰਾਈਲ ਜੋ ਸਾਰੀ ਦੁਨੀਆਂ ਦੇ ਨੱਕ ਵਿੱਚ ਸਾਰੀ ਦੁਨੀਆਂ ਦੇ ਨੱਕ ਵਿੱਚ ਤਬਾਹੀ ਫੇਰੀ ਖੜੀ ਅਮਰੀਕਾ ਦੀ ਪਾਲਿਸੀਜ਼ ਨਾਲ ਅਸਾਂ ਇਮਦਾਦ ਕੀਤੀ ਅਫਗਾਨਿਸਤਾਨ ਵਿੱਚ ਅੱਲ੍ਹਾ ਦੀ ਮਿਹਰਬਾਨੀ ਨਾਲ ਉਹਨੇ ਗਰੀਬ ਲੋਕਾਂ ਨਾਲ ਇਮਰਾਨ ਖਾਨ ਦੀ ਵੱਡੀ ਹਿੰਮਤ ਕੀਤੀ ਉਹਨਾਂ ਨਾਲ ਸਾਡੀ ਫੌਜ ਦੀ ਹਿੰਮਤ ਕੀਤੀ ਇਨਸ਼ਾਅੱਲਾ ਉਹ ਵੀ ਹੁਣ ਨਵਾਂ ਜਿਹੜਾ ਸੈਟਅਪ ਹੈ ਚੀਨ ਰੂਸ ਈਰਾਨ ਪਾਕਿਸਤਾਨ ਦਾ ਸਾਰੇ ਦਾ ਸਾਰੇ ਮੁਸਲਿਮ ਕਿਰਾਏ ਦਾ ਚੀਨ ਰੂਸ ਦਾ ਹੀ ਮੁਸਲਮਾਨ ਇਲਾਕੇ ਦੀ ਗੱਲ ਕਰਦਾ ਬਸ ਇਹਨੇ ਕੋਈ ਤਕਸੀਮ ਕਰ ਕਰ ਇਹਨੇ ਸਾਡਾ ਫਾਇਦਾ ਚਾਹਤੇ ਤਾਂ ਅਸਾਡੀ ਥਰੂ ਆਊਟ ਯਾ ਖਿਦਮਤ ਹੁੰਦੀ ਨਵਾਬ ਜਮਾਲ ਖਾਨ ਲਗਾਰੀ ਕੋਲੋਂ ਅੱਜ ਤਾਣੀ ਕਿ ਉਹ ਪੂਰੇ ਹਿੰਦੁਸਤਾਨ ਵਿੱਚ ਹਿੰਦੁਸਤਾਨ ਪੰਜਾਬ ਵਿੱਚ ਜੀ ਪੰਜਾਬ ਪੁਰਾਣੇ ਨਵਾਬ ਜਮਾਲ ਖਾਨ ਪੀ ਡਬਲਿਊ ਡੀ ਮਿਨਿਸਟਰ ਹੁੰਦਾ ਉਹ ਜ਼ਮਾਨੇ ਸੜਕ ਉਹ ਜ਼ਮਾਨੇ ਜੀ ਟੀ ਐੱਸ ਲਾਲ ਜਿਹੜੀ ਟਰਾਂਸਪੋਰਟ ਪਬਲਿਕ ਪੰਜਾਬ ਟਰਾਂਸਪੋਰਟ ਜੀ ਟੀ ਐੱਸ ਉਹਨੇ ਕੀਤੇ ਸਕੂਲ ਜਿਹੜੇ ਵੀ ਹਨ ਨਵਾਬ ਸਾਹਿਬ ਕੀਤੇ ਔਰਤਾਂ ਨੂੰ ਸ਼ਰੀ ਹੱਕ ਜਿਹੜਾ ਹੈ ਨਵਾਬ ਜਮਾਲ ਖਾਨ ਅੱਜ ਵੀ ਕੁਰਾਨ ਕੋ ਪੜ੍ਹ ਰਹੇ ਨੇ ਕਿ ਬਈ ਮਤਲਬ ਜ਼ਮੀਨਾਂ ਨਾ ਵੰਡਣੇ ਅਤੇ ਇਹ ਨਾ ਥੀ ਤਾਂ ਮੈਂ ਫਖਰ ਕੀਤੇ ਕਿ ਮੈਂ ਨਾ ਤਾਂ ਮੈਂ ਅਫਸਰ ਬਣਾ ਮੇਰੇ ਵਾਲਿਦ ਸਾਹਿਬ ਪਹਿਲਾ ਬਲੋਚ ਆਈ ਸੀ ਐੱਸ ਅਫਸਰ ਆ ਆਕਸਫੋਰਡ ਪਾਸ ਤਾਂ ਦੋ ਡਿਵੀਜ਼ਨ ਅਯੂਬ ਖਾਨ ਉਹਨੇ ਕੋ ਦਿੱਤੇ ਜਿੱਥੇ ਅੱਜ 6 ਡਿਵੀਜ਼ਨ ਹਨ ਸਬ ਡਿਵੀਜ਼ਨ ਤਾਂ ਮੈਂ ਬਜਾਏ ਕ੍ਰਾਈਸਟਚਰਚ ਆਕਸਫੋਰਡ ਵੰਜਣਾ ਮੈਂ ਇੱਥਾਂ ਹੀ ਜ਼ਰੀ ਕਾਲਜ ਪੜ੍ਹਿਆ ਇੱਥਾਂ ਹੀ ਖਿਦਮਤ 16 ਸਾਲ ਦੀ ਉਮਰ ਕੋਲੋਂ ਮੈਂ ਕਰਿੰਦਾ ਰਹੇ ਤਾਂ ਵਲ ਫਾਰੂਕ ਖਾਨ ਤਾਂ ਬਾਅਦ ਵਿੱਚ ਆਏ ਪਰ ਫਾਰੂਕ ਖਾਨ ਹੀ ਬੜਾ ਇਮਾਨਦਾਰ ਪੂਰਾ ਨਮਾਜ਼ੀ ਤਾਂ ਚੰਗੇ ਖਿਆਲਾਤ ਆ ਪਰ 1984 ਦਾ ਇੱਕ ਮੇਰਾ ਹੁਣ ਮਨਸੂਬਾ ਬੱਚਿਆ ਪਾ 1984 ਵਿੱਚ ਸਵੀਡਿਸ਼ ਕੰਪਨੀ ਨੂੰ ਦੇਣਾ ਹੈ ਤਾਂ ਕਿ ਕਾਇਦੇ ਦੇ ਉੱਤੇ ਇਹ ਡੈਮ ਬਣੇ ਜਿਹਦਾ ਨਾਂ ਹੈ ਮੁਰਨ ਡੈਮ ਹੁਣ ਮੇਰਾ ਅਖੀਰਲਾ ਉਹ ਹੈ ਅੱਲਾ ਕਰੇ ਜ਼ਿੰਦਗੀ ਟਾਈਮ ਦੇਵੇ ਸਾਹਿਬ ਇਮਰਾਨ ਖਾਨ ਆਏ ਤਾਂ ਪਹਿਲੇ ਗੱਲ ਮੁਰਨ ਡੈਮ ਉਹਦੇ ਨਾਲ ਇਹ ਹੈ ਕਿ 500 ਫੁੱਟ ਤਾਂ ਚਸ਼ਮਾ ਬਰਾਜ 30 ਜਾਂ ਪਾਣੀ ਦਾ ਜਲਣ ਦਾ ਹੁੰਦਾ ਚਸ਼ਮਾ ਬਰਾਜ ਉਹ ਕੋਲੋਂ ਡੋੜਾ ਪਾਣੀ ਜਲੇ ਸੀ ਇਨਸ਼ਾਅੱਲਾ 3 ਲੱਖ ਏਕੜ ਪੱਕੇ ਨਹਿਰਾਂ ਬਣ ਸਕ ਬਲੋਚਿਸਤਾਨ ਦੀ ਜਿਹੜੀ ਨਹਿਰ ਮਿਲਦੀ ਪਈ ਇਹ ਕਿਆ ਹੁੰਦੀ ਸਰੇ ਕੱਚੀ ਕਨਾਲ ਆਬਾਦ ਥੀ ਨਹੀਂ ਸਕਦੀ ਹੈ ਜੀ ਜਦੋਂ ਤਾਣੀ ਮੁਰਨ ਡੈਮ ਨਾ ਬਣੇ ਕਿਉਂਕਿ ਇਹਦਾ 2 ਲੱਖ ਕਿਸੇ ਪਾਣੀ ਹੁੰਦੇ ਜੀ ਤਾਂ ਉਹ 7,90,000 ਕਿਊਸੈਕ ਦੀ ਨਹਿਰ ਕੋ ਕੱਟ ਸਕਦੇ ਦੋ ਮਹੀਨੇ ਇਹ ਡੈਮ ਬਲੋਚਿਸਤਾਨ ਕੋਲੋਂ ਮਨਵਾਏ ਇੰਨੇ ਕੋਲੋਂ ਮਨਵਾਏ ਤਾਂ ਇਮਰਾਨ ਖਾਨ ਪਹਿਲਾ ਬੰਦਾ 84 ਕੋਲੋਂ ਅੱਜ ਤਾਣੀ ਜੀ ਹਕੂਮਤ 'ਚ ਰਹਿ ਗਏ ਅਸਾਂ ਉਹ ਆਖੇ ਜੀ ਇਹ ਡੈਮ ਬਣ ਸੀਦਾ ਇਨਸ਼ਾਅੱਲਾ ਇਹ 50 ਆਬਾਦ ਥੀ ਸੀ ਤੁਸੀਂ ਅੰਦਾਜ਼ਾ ਲਾਓ ਕਿ ਇਤਨਾ ਵੱਡਾ ਡੈਮ ਤਾਂ 11 ਕਿਲੋਮੀਟਰ ਵੱਡਾ ਤਾਂ 7 ਕਿਲੋਮੀਟਰ ਚੌੜਾ 500 ਫੁੱਟ ਜਿੱਕਾ ਜੀ ਇਤਨਾ ਪਾਣੀ ਤਾਂ ਆਪਣੀ ਮੱਛੀ ਆਪਣੀ ਸੈਰਗਾਹ ਮਾੜੀ ਆਬਾਦ ਥੀ ਸੀ ਇਨਸ਼ਾਅੱਲਾ ਅਤੇ ਇਹ ਬਲੋਚੇ ਨੂੰ ਡਕੈਟੀ ਸ਼ਿਕਾਇਟੀ ਕਰਨ ਦੀ ਲੋੜ ਹੀ ਨਾ ਪੈ ਸੀ ਸਾਰੇ ਬਲੋਚ ਨਾ ਜਿਹੜੇ ਕਰਵਾਉਣ ਵਾਲੇ ਨੇ ਜਿਹੜੇ ਕਰਵਾਉਣ ਵਾਲੇ ਉਹਦੀ ਗੱਲ ਕਰਨ ਇਨਸ਼ਾਅੱਲਾ ਚੰਗਾ ਤੁਹਾਡਾ ਵਜ਼ੀਰ ਆਲਾ ਆਪਣਾ ਬਣ ਗਿਆ ਸਕੀਮਾਂ ਆਪਣੇ ਇਲਾਕੇ ਡੇਦਾ ਪਏ ਉਹਦਾ ਹੱਕ ਕਿਉਂ ਨਾ ਦੇਵੇ ਜੀ ਆਪਣੇ ਇਲਾਕੇ ਸਕੀਮਾਂ ਦੇਵੇ ਪੰਜਾਬ ਸਾਊਥ ਪੰਜਾਬ ਜਿਹੜਾ ਅਸਾਂ ਬਣਾਇਆ ਨਾਰਾ ਲਾਇਆ ਉਹਦੇ ਉੱਤੇ ਕਿਉਂਕਿ ਸਾਰੀ ਆਬਾਦੀ ਦਾ ਟੋਟਲ ਆਮਦਨੀ 80% ਆਮਦਨੀ ਕਪਾਹ ਦੀ ਬਿਨੌਲੇ ਦੀ ਆਪਣਾ ਗੰਨੇ ਦੀ ਚਾਵਲ ਦੀ ਸਾਰੀ ਜਿਹੜੀ ਹੈ ਇਹ ਤੁਹਾਡੇ ਸਾਊਥ ਪੰਜਾਬ ਦੀ ਹੈ ਲਾਹੌਰ ਕੋਲ ਆਬਾਦੀ ਨਹੀਂ ਮਰ ਤੁਹਾਡਾ ਟੋਟਲ ਪੈਸਾ ਲਾਹੌਰ ਹੀ ਲੱਗਦਾ ਰਹਿੰਦਾ ਟੋਟਲ ਅੱਲ੍ਹਾ ਦੀ ਮਿਹਰਬਾਨੀ ਨਾਲ ਹੁਣ ਇਨਸ਼ਾਅੱਲਾ ਤੁਹਾਡੇ 43% ਜਿਹੜਾ ਵੀ ਬਜਟ ਹੋ ਸੀ ਤੁਹਾਡੇ ਹਲਕੇ 'ਚ ਲੱਗ ਸੀ ਤੁਹਾਡੇ ਇਲਾਕੇ ਆਬਾਦ ਥੀ ਸਨ ਅਸਾਂ ਚਾਹੁੰਦੇ ਹਰ ਬੰਦਾ ਪੜ੍ਹ ਲਿਖ ਵਜੇ ਜਿਤਨੀ ਖੁਸ਼ੀ ਮੈਂ ਕੂੰ ਜਿਤਨੀ ਖੁਸ਼ੀ ਫਾਰੂਕ ਖਾਨ ਕੂੰ ਜਿਵੇਂ ਨਵਾਬ ਜਮਾਲ ਖਾਨ
बेलगाई सरदारी तो अपने इलाके की तरक्की या तुम्हारे मेरा पिछला हलका 9 किलोमीटर राजन का जी इंशाल्लाह उत ही बिजली दी है सड़क ने जेरे भी अस प्रोग्रेस करे पचास दे बिजली मैं जानता हाँ पचास की बिजली देते पाऊस हाँ हाँ अल्लाह की मेहरबानी नाल एक लाइन बिजली दी चले दरिया दे नाल ताकि उतां 11 लाख एकड़ आबाद थी 18 लाख एकड़ तुहाडा आबाद थी सी एक लाइन बिजली दी चले तौसे को लोग हैं कि सर पचा दे तोड़ तक ताकि हर बंदा अपना ट्यूबवेल ला सके ट्यूबवेल नाल आबादी एतरी यार मैं नहीं देवना अल्लाह ताला देवने हाँ तुसा मंगने तुसा पिछली गलती नहीं करनी गलत बंदे को वोट नहीं देना जरे डाकू तो चोर हुए तो सा चंगे बंदे को चुन के दो जो जरा पैसा टोटल अपने इलाके लगता पड़ा इंशाल्लाह मैं बड़ी खुशी की थी इफ्तिताज आया पुराने सब को सत यूनियन काउंसिल कोई राय कोई ना सत तो आपको पता नहीं कितनी मेहनत मैं को करनी पड़ी है राय कासन एक सारे मंदे शंदे कड़े हैं कासम को मगर कासम अगर ना अगर कासम टेलीफोन नहीं सुन रहा कासम ना करे थे कासम का अख्तियार नहीं ये जाफर लगारी मीना का मौसम का नहीं सारी पार्टी का अख्तियार वो जीता कासम इवें 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 इलाके जो पैसे कट रहे इस्लामाबाद जो था ये इस्लामाबाद तुम्हारे पंजाब जो था अंदाजा भी नहीं अंदाजा भी नहीं मैं भी चुप छुपा दे जो मेरे सारे दोस्त हैं उनसे इतना तल्लक है सर 56 साल में की थी सियासत न दाना ना सरदाना मैं खिदमतगार गरीब सिंधी का तो मैं को बड़ी खुशी थी सारे इलाके के लोग हैं इंशाल्लाह अगली इफ्तिताही में थी पई है इलाके की तरक्की थी सी तो बहुत चंगा हूँ जिम्मेदार भी स्कीम बन से इलाका तरक्की करे मेहरबानी शुक्रिया सर अरे पार्टी का रहमत फरमा ले मालिक साकु मोहब्बत अता फरमा इना इना मेरे मालिक अल्लाह साहब इत्तेफाक अता फरमा सारे ग्रुप को सारी पार्टी को कायम दायम रख मेरा मालिक सरदार साहब को सुख की सियादी दे उमर खिदरी अता फरमा मेरा मालिक सारे दुख सुख दे दामिन मेरा मालिक हाथी ने नेक लोग दे मैं बदकार बेकार गुनाहगार खाली नवलामी खसूसी महफिल रहमत फरमा जितना दोस्त बाबा आए बेटन सारे को साकु आप दे मोहब्बत अता फरमा मेरा मालिक ला इलाहा इल्लल्लाह